ਭਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ, ਬਹੁਤ ਸਾਰੇ ਦੋਸਤ ਕਹਿੰਦੇ ਸੀ ਕਿ ਯਾਰ ਕਬੂਤਰ ਸੇਲ ਵਾਲੇ ਦੱਸਿਓ। ਅੱਜ ਵੀਰੇ ਆਪਾਂ ਉਹ ਛੱਤ 'ਤੇ ਆਏ ਹਾਂ ਜਿਹਦੇ 'ਤੇ ਕਾਲਸਰੇ, ਟੈਡੀ, ਗੋਲਡਨ, ਜੀਰੇ, ਹਰ ਤਰ੍ਹਾਂ ਦਾ ਦੇਸੀ ਕਬੂਤਰ ਹੈ ਜੀ। ਅਤੇ ਇਹ ਵੀਰ ਹੋਣਾਂ ਦੇ ਇੱਥੇ ਕਬੂਤਰ ਰੱਖੇ, ਕਾਫੀ ਪੁਰਾਣਾ ਇਹਨਾਂ ਦਾ ਕਬੂਤਰਬਾਜ਼ੀ ਦਾ ਜਿਹੜਾ ਸ਼ੌਂਕ ਆ ਅਤੇ ਬਿਜ਼ਨਸ ਵੀ ਬਣ ਚੁੱਕਾ ਜੀ। ਅਤੇ ਜਿਹੜੇ ਵੀ ਮੇਰੇ ਵੀਰਾਂ ਨੇ ਕਬੂਤਰ ਲੈਣੇ ਹੋਣ, ਵੀਰ ਹੋਣਾਂ ਦਾ ਨੰਬਰ ਆਪਾਂ ਦੇ ਰਹੇ ਹੈਗੇ ਹਾਂ, ਇਹਨਾਂ ਨਾਲ ਕੰਟੈਕਟ ਕਰ ਲਿਓ। ਅਤੇ ਬਾਈ ਜੀ ਕਬੂਤਰ ਇਹਨਾਂ ਕੋਲ ਇੱਦਾਂ ਦੇ ਆ ਵੀ ਆਪਾਂ ਵੀ ਕਹਿ ਲਓ ਕਿ ਪਹਿਲੀ ਵਾਰ ਦੇਖੇ ਨੇ ਇੰਨੇ ਵਧੀਆ ਕਬੂਤਰ, ਕਾਲਸਰੇ ਦੇਸੀ ਕਬੂਤਰ ਖਾਸ ਕਰ। ਇਹ ਵੀਰ ਹੁਣੀ ਬਾਰਡਰ ਤੋਂ ਜਾ ਕੇ ਲੈ ਕੇ ਆਉਂਦੇ ਨੇ, ਕੁਝ ਪਾਰ ਦੇ ਅਤੇ ਕੁਝ ਇੰਡੀਆ ਦੇ, ਜਿਹੜੇ ਵਧੀਆ ਨਸਲ ਦੇ ਕਬੂਤਰ ਨੇ। ਅੱਗੇ ਇਹਨਾਂ ਕੋਲ ਬ੍ਰੀਡਰ ਪੇਅਰ ਬਹੁਤ ਬਹੁਤ ਤਗੜੇ ਨੇ, ਜਿਹੜੀ ਇਹ ਬ੍ਰੀਡਿੰਗ ਘਰ ਕਰਵਾਉਂਦੇ ਨੇ। ਅਤੇ ਵੀਰ ਹੋਣਾਂ ਦੇ ਤੁਹਾਨੂੰ ਸਾਰੇ ਖੁੱਡੇ ਵੀ ਦਿਖਾਉਂਦੇ ਹਾਂ ਅਤੇ ਵੀਰ ਹੋਣਾਂ ਦੇ ਨਾਲ ਵੀ ਮਿਲਾਉਂਦੇ ਹਾਂ ਜੀ। ਇਹ ਦੇਖੋ ਜੀ ਵੀਰ ਹੋਣਾਂ ਦੇ ਕਬੂਤਰ, ਅਤੇ ਇਹ ਵੀਰ ਹੋਣੇ ਨੇ, ਕੀ ਵੀਰ ਦਾ ਨਾਮ? ਅਮਨ ਵੀਰ ਜੀ। ਜੀ ਇਹਨਾਂ ਦਾ ਇੱਥੇ ਸ਼ੌਂਕ ਕੀਤਾ ਹੋਇਆ ਆ ਜੀ, ਅਤੇ ਕੁਝ ਵੀਰ ਇੱਥੇ ਕਬੂਤਰ ਲੈਣ ਵਾਸਤੇ ਵੀ ਆਏ ਹੋਏ ਨੇ। ਅਤੇ ਬਾਈ ਜੀ ਵੀਰ ਹੋਣਾਂ ਦੇ ਕੋਲ ਬੰਬੇ ਤੱਕ ਤੋਂ ਲੋਕ, ਇੱਧਰੋਂ ਸ਼੍ਰੀਨਗਰ ਸਾਈਡ ਤੋਂ ਲੋਕ ਕਬੂਤਰ ਲੈ ਕੇ ਜਾਂਦੇ ਨੇ। ਵੀਰ ਜੀ ਕਹਿੰਦੇ ਸੀ ਕਿ ਕਬੂਤਰ ਦਿਖਾਓ ਜੀ, ਵਧੀਆ ਨਸਲ ਚਾਹੀਦੀ ਆ, ਹਰ ਤਰ੍ਹਾਂ ਦੀ ਨਸਲ ਦਾ ਜਿਹੜਾ ਕਬੂਤਰ ਹੈਗਾ ਉਹ ਅੱਜ ਤੁਹਾਨੂੰ ਮਿਲੇਗਾ। ਅਤੇ ਵੀਰ ਹੋਣਾਂ ਨੇ ਆਪਾਂ ਨੰਬਰ ਦੇ ਦੇਣਾ ਆਪਣਾ, ਵਿੱਚ ਕੋਈ ਜੀ ਇਹਦੇ ਵਿੱਚ ਕਮਿਸ਼ਨ ਨਹੀਂ, ਕੋਈ ਕੁਛ ਨਹੀਂ ਹੈਗਾ। ਅਤੇ ਵੀਰ ਹੋਣਾਂ ਦਾ ਕੰਮ ਹੀ ਸੇਲ ਕਰਨ ਦਾ ਹੈਗਾ ਆ, ਬੱਚੇ ਕਢਾਉਂਦੇ ਨੇ, ਸੇਲ ਕਰਦੇ ਨੇ, ਅਤੇ ਕੁਝ ਬੋਰਡਰ ਤੋਂ ਪੇਅਰ ਲੈ ਕੇ ਆਉਂਦੇ ਨੇ। ਇਹ ਦੇਖੋ ਜੀ ਲਾਲ ਅੱਖ ਦਾ ਵੀਰ ਹੁਣੀ ਕਬੂਤਰ ਦਿਖਾ ਰਹੇ ਨੇ ਜੀ, ਕਮੱਗਰ। ਕਮੱਗਰ ਹਾਂਜੀ, ਇਹਨੂੰ ਕਹਿੰਦੇ ਨੇ ਜੀ ਕਮੱਗਰ ਕਬੂਤਰ। ਦੇਖੋ ਜੀ ਕਰੋ ਸ਼ੌਂਕ। ਇਹ ਦੇਖੋ ਜੀ ਕਬੂਤਰ, ਇਕੱਲਾ ਇਕੱਲਾ ਕਬੂਤਰ ਤੁਹਾਨੂੰ ਦਿਖਾਵਾਂਗੇ ਜੀ ਅੱਜ ਆਪਾਂ। ਤਾਂ ਅੱਜ ਸ਼ੌਂਕ ਦੇਖ ਕੇ ਮਜ਼ਾ ਆ ਗਿਆ ਵੀਰ ਦਾ, ਕਿਆ ਚੀਜ਼ ਬਣਾਈ ਹੋਈ ਆ, ਖੁੱਡਿਆਂ ਦੀਆਂ ਲੈਣਾਂ ਲੱਗੀਆਂ ਪਈਆਂ ਜੀ ਸਾਰੇ ਆਪਣੇ ਵੱਡੇ ਜਿਹੇ ਬਰੀਡਰ ਆ। ਇਹ ਲਓ ਜੀ ਟੈਡੀ ਦੀ ਅੱਖ ਚੈੱਕ ਕਰੋ ਚੰਗੀ ਤਰ੍ਹਾਂ ਵੀਰੇ, ਅੱਖ ਚੈੱਕ ਕਰਾਈ ਜ਼ਰਾ। ਇਹ ਦੇਖੋ ਜੀ ਚਿੱਟੀਆਂ ਅੱਖਾਂ ਕਬੂਤਰ ਦੀਆਂ ਜੀ, ਵਾਹ ਜੀ ਵਾਹ। ਟੈਡੀ ਕਹਿੰਦੇ ਸੀ ਜੀ, ਟੈਡੀ ਵੀ ਜਿੰਨੇ ਮਰਜ਼ੀ ਦੇਖ ਲਓ, ਇੱਥੇ ਜ਼ਿਆਦਾਤਰ ਦੇਖਣ ਨੂੰ ਟੈਡੀ ਮਿਲ ਰਹੇ ਨੇ ਜੀ। ਤੁਹਾਨੂੰ ਦਿਖਾਉਂਦੇ ਹਾਂ ਜੀ ਇਕੱਲਾ ਇਕੱਲਾ ਕਬੂਤਰ, ਨੀਲੇ ਕਮੱਗਰ ਆ ਗਏ। ਨੀਲੇ ਕਮੱਗਰ ਦੇਖੋ ਜੀ, ਨੀਲੇ ਕਮੱਗਰ ਦੇਖੋ ਜੀ, ਅੱਖਾਂ ਵੀ ਕਬੂਤਰ, ਇੱਕ ਤੋਂ ਇੱਕ ਪਿਆ ਜੀ ਕਬੂਤਰ। ਇੱਥੇ ਤਾਂ ਪੂਰਾ ਜ਼ੋਰ ਲੱਗਾ ਪਿਆ ਵੀਰ ਦਾ ਵੀ ਕਬੂਤਰਾਂ 'ਤੇ। ਅਤੇ ਇਹ ਲਓ ਜੀ ਇਹ ਟੈਡੀ ਦੇਖੋ ਜੀ, ਇਹ ਲਓ ਜੀ ਵੀਰੇ, ਇੱਕ ਟੈਡੀਆਂ ਬਾਰੇ ਨਾ ਨੌਲੇਜ ਵੀ ਦੱਸ ਦਿਓ ਕਿ ਕਿਹੜੀ ਅੱਖ ਦੇ ਜਿਹੜੇ ਟੈਡੀ ਵਧੀਆ ਉੱਡਦੇ ਨੇ, ਉਹਦੇ ਬਾਰੇ ਪੂਰੀ ਭਰਾਵਾਂ ਨੂੰ ਜਾਣਕਾਰੀ ਦਿਓ ਤਾਂ ਜੋ ਕਿਸੇ ਦੇ ਨਾਲ ਧੋਖਾ ਨਾ ਹੋ ਸਕੇ। ਵੀਰ ਹੁਣੀ ਪੂਰੀ ਜਾਣਕਾਰੀ ਦੇਣਗੇ ਜੀ, ਦੱਸਣਗੇ ਕਿਹੜਾ ਟੈਡੀ ਵਧੀਆ ਉੱਡਦਾ ਹੈ ਜੀ। ਇਹ ਲਾਲ ਅੱਖਾਂ ਦਾ ਡੱਬ ਵਾਲੇ ਕਬੂਤਰ, ਡੱਬ ਵਾਲੇ ਕਬੂਤਰ ਜੀ ਦੇਖੋ ਜੀ, ਲਾਲ ਪੂਰੀਆਂ ਲਾਲ ਅੱਖਾਂ ਜੀ, ਜੋੜੇ ਆ ਪੇਰ ਹੀ ਆ ਸਾਰੇ, ਸਾਰੇ ਪੇਰ ਹੀ ਨੇ ਵੀਰੇ। ਇੱਕ ਟੈਡੀ ਕਬੂਤਰ ਉਹ ਫੜ ਕੇ ਦਿਖਾਓ ਜਿਹਦੀ ਪੂਰੀ ਪਹਿਚਾਣ ਦੱਸਿਓ ਕਿ ਇਹ ਟੈਡੀ ਆ, ਇਹ ਵੱਧ ਉਡਾਰ ਵਾਲੇ ਨੇ ਅਤੇ ਘੱਟ ਉਡਾਰ ਵਾਲੇ ਨੇ, ਕਿਉਂਕਿ ਟੈਡੀਆਂ ਵਿੱਚ ਵੀ ਕਾਫੀ ਬਰੀਡਾਂ ਨੇ ਜੀ। ਆ ਵੀਰ ਜੀ ਸਖੀ ਦੇ ਜਿਹੜੇ ਕਬੂਤਰ ਆ ਪਾਕਿਸਤਾਨ 'ਚ ਰਿੰਗਾਂ ਵਾਲੀਆਂ ਦਾ, ਸਖੀ ਲਾਲ ਡੋਰੇ ਸਖੀ ਭੱਤੀ ਦੇ, ਇਹ ਉਹ ਨਸਲਾਂ 'ਚੋਂ ਕਬੂਤਰ ਆ ਉੱਡਣ ਵਾਲੇ ਕਬੂਤਰ, ਠੀਕ ਆ ਰਿੰਗਾਂ ਵਾਲੇ। ਇਹਨਾਂ ਦੇ ਵਿੱਚ ਇੱਕ ਮਿੰਟ ਜੀ ਦਿਖਾਉਣਾ ਆਪਾਂ, ਰਿੰਗ ਚੈੱਕ ਕਰਾਉਣਾ ਜੀ, ਅੱਖ ਫੜ ਕੇ ਰੱਖਿਓ ਜ਼ਰਾ। ਇਹ ਦੇਖੋ ਜੀ ਰਿੰਗ ਬਣ ਰਿਹਾ, ਤੁਹਾਨੂੰ ਦਿਖਾਈ ਦੇ ਗਿਆ ਹੋਣਾ। ਆਪਣੇ ਪੰਜਾਬ 'ਚ ਤਾਂ ਬਸ ਜਿਹੜੀ ਬਾਹਲੀ ਸਾਫ਼ ਅੱਖ ਆ ਉਹਨੂੰ ਹੀ ਮੇਨ ਗਿਣਿਆ ਜਾਂਦਾ, ਪਰ ਨਹੀਂ ਹਾਂਜੀ, ਜਿਹੜੇ ਉੱਡਣ ਵਾਲੇ ਕਬੂਤਰ ਜਿਹਨਾਂ ਪਾਕਿਸਤਾਨ 'ਚ ਜਿਹਨਾਂ ਦੀ ਕਦਰਾਂ ਹੋਏ, ਇਹਨਾਂ ਕਬੂਤਰਾਂ ਦੀ ਕਦਰ। ਇਹ ਦੇਖੋ ਜੀ ਰਿੰਗ ਤੁਹਾਨੂੰ ਦਿਖਾਈ ਦੇ ਰਿਹਾ ਹੋਊਗਾ ਜੀ, ਦੇਖੋ ਕਾਲੇ ਡੋਰੇ ਦੇ ਨਾਲ ਰਿੰਗ ਬਣ ਰਿਹਾ ਜੀ, ਗ੍ਰੇ ਰਿੰਗ। ਆਪਾਂ ਨੂੰ ਬਹੁਤ ਘੱਟ ਪਤਾ ਸੀ ਕਾਫੀ ਰਿੰਗ ਬਣਦੇ ਨੇ, ਇਹ ਚੀਜ਼ ਦੇਖਦੇ ਨੇ ਜੀ। ਅਤੇ ਨਾਲੇ ਵੀਰ ਹੁਣੀ ਦੱਸ ਰਹੇ ਨੇ ਕਿ ਇਹਦੀ ਅੱਖ ਦੇ ਵਿੱਚ ਜਿਹੜਾ ਲਾਲ ਡੋਰਾ ਵੱਡਾ ਆਪਣਾ, ਉਹਦੀ ਉਡਾਰ ਜਿਹੜੀ ਜ਼ਿਆਦਾ ਹੁੰਦੀ ਆ। ਇਹ ਵੱਡਾ ਪੇਰ ਜੋੜਾ ਆਪਣਾ ਡੈਡੀ,
ਇਹ ਟੈਡੀ ਵੱਡਾ ਜੋੜਾ ਜੀ ਇਹਨਾਂ ਦਾ, ਜਿਹਨਾਂ ਬੱਚੇ ਸ਼ਾਮ ਸ਼ਾਮ ਤੱਕ ਉੱਡਦੇ ਨੇ, ਸ਼ਾਮ ਤੱਕ ਉੱਡਦੇ ਨੇ ਜੀ ਇਹਨਾਂ ਦੇ ਬੱਚੇ ਵੀ। ਉਹ ਡੱਬ ਵਾਲੀ ਮਾਦੀ ਆ ਗਈ, ਇਹ ਲਓ ਜੀ ਇਹ ਵੀ ਡੱਬ ਵਾਲੀ ਮਾਦੀ ਦੇਖੋ ਜੀ, ਲਾਲ ਅੱਖਾਂ। ਹੁਣ ਤੁਹਾਨੂੰ ਸਲੇਟੀ ਕਮੱਗਰ ਦਿਖਾਉਂਦੇ ਹਾਂ, ਦੇਖੋ ਜੀ ਸਲੇਟੀ ਕਮੱਗਰ, ਹਰ ਤਰ੍ਹਾਂ ਦਾ ਕਬੂਤਰ ਅੱਜ ਤੁਹਾਨੂੰ ਦੇਖਣ ਨੂੰ ਮਿਲੂਗਾ। ਦੇਖੋ ਜੋੜਾ ਵੀਰ ਨੇ ਬਣਾਇਆ ਹੋਇਆ ਜੀ, ਲਾਲ ਅੱਖਾਂ ਦੇ ਸਲੇਟੀ, 10 ਦੇ ਕਰੀਬ ਜੋੜੇ ਇਹਨਾਂ ਦੇ ਨਾਲ ਦੇ ਆਪਣੇ, ਇਹ ਲਓ ਜੀ ਹੈ ਨਾ ਕਬੂਤਰ ਵੀਰ ਜੀ। ਅੱਗੇ ਤੇ ਆਪਾਂ ਨੈਟ ਤੇ ਦੇਖੀਦਾ, ਅੱਜ ਤੁਹਾਨੂੰ ਆਪਾਂ ਬਿਲਕੁਲ ਮਲਿਕ ਮੋਕਮ ਖੋਖਰਾ, ਪਾਕਿਸਤਾਨ ਚ ਬਹੁਤ ਉਸਤਾਦ, ਉਹਨਾਂ ਦੇ ਘਰ ਦੀ ਬਰੀਡ ਆ ਬਿਸ਼ੂ ਬਰੀਡ। ਠੀਕ ਆ ਠੀਕ ਆ ਜੀ, ਇਹਦਾ ਮਾਂ ਪਿਓ ਦੇਖੋ ਜੀ ਅੱਖ ਕਿਵੇਂ ਲਾਲ ਹੈ ਜੀ। ਦੇਖੋ ਵੀਰ ਜੀ ਇੰਨੀਆਂ ਲਾਲ ਅੱਖਾਂ ਆਪਾਂ ਪਹਿਲੀ ਵਾਰ ਦੇਖੀਆਂ ਨੇ ਕਬੂਤਰਾਂ ਦੀਆਂ। ਇਹ ਸਲੇਟੀ ਕਮੱਗਰ ਕਿਹਾ ਗਿਆ ਜੀ ਇਹਨਾਂ ਨੂੰ, ਇਹ ਵੀ ਕਮੱਗਰਾਂ ਜੀ ਆ ਗਿਆ ਜੀ। ਇਹ ਦੇਖੋ ਜੀ ਇਹ ਜੀਰੇ ਕਮੱਗਰ ਆ ਗਏ ਜੀ, ਇਹ ਜੀਰੇ ਕਮੱਗਰ ਨੇ ਜੀ, ਸਲੇਟੀਆਂ ਜੀ। ਇਹ ਵੀ ਵੀਰੇ ਕਮੱਗਰ ਦਾ ਮਤਲਬ ਕੀ ਹੁੰਦਾ ਕੁਝ ਦੱਸੋਗੇ? ਕਾਮਗਰ ਨਾ ਸੀਗਾ ਉਸਤਾਦ ਜੀ ਨੇ, ਅੱਛਾ ਕਾਮਗਰ ਹੈ, ਕਾਮਗਰ ਤੋਂ ਕਮੱਗਰ ਕਿਹਾ ਗਿਆ ਜੀ ਕਾਮਗਰ। ਠੀਕ ਹੈ ਜੀ ਠੀਕ ਹੈ ਵੀਰ ਜੀ। ਮਾਦੀ ਦੇਖੋ ਟੈਡੀ, ਇਹ ਦੇਖੋ ਜੀ ਟੈਡੀ ਮਾਦੀ, ਦੇਖੋ ਅੱਖਾਂ ਜੀ ਇਹਦੀਆਂ, ਤੁਹਾਨੂੰ ਲਾਲ ਡੋਰਾ ਥੋੜਾ ਜਿਹਾ ਦਿਖਾਉਂਦੇ ਆ ਜੀ ਵਿੱਚ ਧਿਆਨ, ਇਹਦੀ ਜ਼ਿਆਦੀ ਤਕਰੀਬਨ ਸਾਫ਼ ਹੀ ਅੱਖ ਹੋਣੀ। ਇੱਕ ਮਿੰਟ ਜੀ, ਥੋੜਾ ਥੋੜਾ ਗ੍ਰੇ ਡੋਰਾ ਨਾਲ ਲਾਲ ਡੋਰਾ ਰਿੰਗ ਦੇਖੋ ਜੀ ਇਹਦੀ ਅੱਖ 'ਚ ਬਣੇ ਹੋਏ ਨੇ ਜੀ, ਹਾਂ ਬਹੁਤ ਸੋਹਣੀ ਜੀ। ਤੁਹਾਨੂੰ ਖੁੱਡਿਆਂ ਦੇ ਲਾਗੇ ਵੀ ਆਪਾਂ ਕਬੂਤਰ ਦਿਖਾਉਂਦੇ ਹਾਂ ਜੀ, ਕੁਝ ਆਂਡਿਆਂ 'ਤੇ ਬੈਠੇ ਹੋਏ ਨੇ ਬਰੀਡਰ ਪੇਅਰ। ਇਹ ਦੇਖੋ ਜੀ ਅੱਗੇ ਸਲੇਟੀ ਹੈ ਜੀ, ਸਲੇਟੀ ਕਮੱਗਰ ਜਿਹਨੂੰ ਕਹਿ ਰਹੇ ਨੇ ਜੀ। ਦੇਖੋ ਜੀ ਇਹ ਟੈਡੀ ਮਾਦੀ ਜੀ ਇੱਕ ਆਹ ਬੈਠੀ ਹੋਈ ਹੈ ਜੀ, ਤੁਹਾਨੂੰ ਦਿਖਾਉਂਦੇ ਹਾਂ ਜੀ ਸਾਰੇ ਕਬੂਤਰ। ਇੱਕ ਸਲੇਟੀ ਇਹ ਹੈ ਜੀ, ਇਹ ਦੇਖੋ ਜੀ ਹਰ ਤਰ੍ਹਾਂ ਦਾ ਕਬੂਤਰ ਤੁਹਾਨੂੰ ਅੱਜ ਦੇਖਣ ਨੂੰ ਮਿਲੇਗਾ ਮੇਰੇ ਵੀਰ। ਇਹ ਵੀਰ ਸੇਲ ਕਰ ਦੇਣੇ ਜੀ, ਜਿਹੜੇ ਵੀਰ ਨੇ ਖਰੀਦਣਾ ਹੋਵੇ ਉਹ ਵੀਰ ਹੁਣਾਂ ਦੇ ਨਾਲ ਸੰਪਰਕ ਕਰ ਸਕਦਾ ਜੀ। ਇਹ ਵੱਡੇ ਪੇਰਾਂ ਦੇ ਸਾਰਿਆਂ ਦੇ ਬੱਚੇ ਸੇਲ ਕਰੀਦੇ ਆ, ਬੱਚੇ ਸੇਲ ਕਰਦੇ ਨੇ ਜੀ ਵੱਡੇ ਪੇਰਾਂ ਦੇ, ਸੇਮ ਇਹਨਾਂ ਵਰਗੇ ਨੇ, ਇਹੋ ਜਿਹੀ ਕੋਈ ਗੱਲ ਨਹੀਂ। ਇਹ ਦੇਖੋ ਜੀ ਇਹ ਜੀਰਾ ਕਬੂਤਰ ਹੈ ਜੀ, ਹਾਂਜੀ ਇਹ ਗੋਲਡਨ ਆ ਜੀ, ਇਹ ਗੋਲਡਨ ਜੀ, ਇਹ ਦੇਖੋ ਜੀ ਗੋਲਡਨ ਪੇਅਰ ਤੁਹਾਨੂੰ ਦਿਖਾ ਰਹੇ ਹਾਂ ਜੀ। ਕਰੋ ਸ਼ੌਂਕ, ਇਹ ਦੇਖੋ ਜੀ ਇੱਕ ਇਹ ਵੀਰ ਹੁਣੀ ਕਬੂਤਰ ਲਿਆਏ ਨੇ, 100% ਟੈਡੀ, ਇਹ ਦੇਖੋ ਜੀ 100% ਟੈਡੀ, ਜਿਹੜਾ ਚਿੱਟੀ ਦੁੱਧ ਅੱਖ ਦਾ ਕਬੂਤਰ ਹੈ ਜੀ। ਇਹ ਦੇਖੋ ਜੀ ਨਾਲ ਦੇ 5-7 ਪੇਅਰ ਆਪਾਂ ਕੋ ਸਾਰਿਆਂ ਸ਼ੌਂਕ ਕਰਾਵਾਂਗੇ ਹੌਲੀ ਹੌਲੀ। ਠੀਕ ਹੈ ਵੀਰ ਜੀ, ਇਹ ਦੇਖੋ ਜੀ ਭਾਜੀ ਇੱਕ ਕਬੂਤਰ ਦੀ ਕੀਮਤ ਤੁਸੀਂ ਦੱਸ ਰਹੇ ਕਿ 25,000 ਰੁਪਏ ਲੱਗ ਗਈ, ਇਹੀ ਹੈ? ਨਹੀਂ ਲੱਗ ਗਈ, ਆਪਾਂ 17,000 ਰੁਪਏ ਦਾ ਖੁਦ ਖਰੀਦਿਆ ਜੀ, ਇਹ ਜੀ 17,000 ਰੁਪਏ ਜਿਹੜੇ ਆਪਾਂ ਨਹੀਂ ਖਰੀਦ ਕੇ ਲੈ ਕੇ ਆਏ, ਇਹ ਬਰੀਡ ਪੇਅਰ ਆ ਜਿਹੜੇ ਕੋਈ ਨਹੀਂ ਸੇਲ ਕਰਦੇ, ਆਪਾਂ ਬੱਚੇ ਸੇਲ ਕਰਦੇ ਆ। ਠੀਕ ਹੈ ਜੀ, ਇਹ 17,000 ਦਾ ਖੁਦ ਲਿਆਂਦਾ, ਇਹਦਾ ਰੇਟ ਨਹੀਂ ਲਵਾਇਆ ਜੀ ਕੋਈ ਆਪਾਂ। ਠੀਕ ਹੈ ਜੀ ਰੇਟ ਨਹੀਂ ਲਵਾਇਆ, 17,000 ਦਾ ਲੈ ਕੇ ਆਏ ਨੇ ਵੀਰ ਹੁਣੀ। ਤੁਹਾਨੂੰ ਕਬੂਤਰ ਦਿਖਾਉਣਾ ਜੀ, ਇਹ ਦੇਖੋ ਜੀ ਟੈਡੀ ਜੋੜੇ ਨੇ ਬੱਚੇ ਕੱਢੇ ਹੋਏ ਨੇ ਜੀ। ਇਹ ਜੀ ਥੋੜਾ ਮਿਕਸ ਵਿੱਚ ਨੇ ਟੈਡੀ, ਵੀਰ ਹੁਣਾਂ ਨੇ ਦੱਸਿਆ ਕ੍ਰੋਸ ਦੇ ਵਿੱਚ ਨੇ, ਤੇ ਇਹ ਇਹਨਾਂ ਦੇ ਬੱਚੇ ਨੇ ਜੀ। ਇਹ ਹੈ ਜੀ ਪਿਓਰ, ਇਹ ਲਓ ਜੀ ਪਿਓਰ ਟੈਡੀ ਦੇਖੋ ਜੀ, ਲਓ ਵੀਰ ਜੀ ਕਰੋ ਚੈੱਕ, ਇਹ ਜੋੜਾ ਜੀ, ਇਹ ਮਾਦੀ ਹੈ ਨਾਲ ਜੀ, ਤੇ ਇਹ ਨਰ ਹੈ ਦੇਖੋ ਜੀ ਬਾਈ, ਉਹਨਾਂ ਨੇ ਬਹੁਤ ਸੋਹਣਾ ਅਸਲਾ ਤਿਆਰ ਕੀਤਾ ਹੋਇਆ ਜੀ। ਇਹ ਦੇਖੋ ਜੀ ਹਾਂਜੀ
ਇਹ ਦੇਖੋ ਜੀ ਲਾਲ ਅੱਖਾਂ ਦਾ ਕਬੂਤਰ ਜੀ। ਆਂਡੇ ਰੱਖੇ ਹੋਏ ਨੇ ਜੀ ਇਹਨਾਂ ਨੇ। ਇਹ ਦੇਖੋ ਜੀ ਵੀਰ ਦੇ ਕਬੂਤਰ ਦੇਖ ਕੇ ਮਜ਼ਾ ਆ ਗਿਆ ਜੀ। ਕਮੱਗਰ ਦਿਖਾਉਂਦੇ ਜੀ ਤੁਹਾਨੂੰ, ਇੱਕ ਗੂੜੇ ਕਮੱਗਰ ਨੇ ਵੀਰ ਹੋਣਾ ਦੇ। ਇਹ ਦੇਖੋ ਜੋੜੀ ਜੀ ਕਮੱਗਰਾਂ ਦੀ, ਪੀਲੀਆਂ ਪਲਕਾਂ ਦੇ ਕਬੂਤਰ, ਹਰ ਤਰ੍ਹਾਂ ਦਾ ਕਬੂਤਰ ਆ ਵੀਰ ਹੋਣਾ ਕੋਲ ਜੀ। ਇਹ ਦੇਖੋ ਜੀ ਪਿਓਰ ਪੀਲੀਆਂ ਪਲਕਾਂ ਜੀ। ਇਹ ਦੇਖੋ ਜੀ ਪੀਲੀਆਂ ਪਲਕਾਂ, ਪਰ ਵੱਟੇ ਜਿਹਨਾਂ ਨੂੰ ਕਹਿ ਦਿੰਦੇ ਨੇ ਜੀ, ਪੀਲੇ ਨੇ ਜੀ, ਇਹ ਬਹੁਤ ਘੱਟ ਮਿਲਦੀ ਨਸਲ। ਠੀਕ ਹੈ ਜੀ। ਦੇਖੋ ਜੀ ਵੀਰ ਹੋਣਾ ਦੇ ਕਬੂਤਰ, ਗੋਲਡਨ ਦਾ ਸ਼ੌਂਕ ਨਹੀਂ ਕਰਾਇਆ। ਦੇਖੋ ਗੋਲਡਨ, ਇਹ ਲਓ ਜੀ ਗੋਲਡਨ ਕਬੂਤਰ, ਚੰਗੀ ਤਰ੍ਹਾਂ ਦੇਖ ਲਓ ਨੇੜੇ ਤੋਂ। ਇਹ ਦੇਖੋ ਜੀ ਬਹੁਤ ਵਧੀਆ ਜੀ। ਕਬੂਤਰ ਤੇ ਵੀਰ ਕੋਲ ਐਂਡ ਤੋਂ ਐਂਡ ਪਏ ਨੇ ਜੀ, ਮਜ਼ਾ ਆ ਗਿਆ ਦੇਖ ਕੇ। ਪੁਰਾਣਾ ਸਲੇਟੀ ਜੋੜਾ ਲਓ ਜੀ, ਇੱਕ ਸਲੇਟੀਆਂ ਦਾ ਹੋਰ ਜੋੜਾ ਤੁਹਾਨੂੰ ਦਿਖਾ ਰਹੇ ਹਾਂ। ਉਹ ਘੁੱਗੀਆਂ ਹੀ ਨੇ ਜੀ। ਹੈ ਹਾਂਜੀ, ਇਹ ਲਾਲ ਅੱਖਾਂ ਵਾਲੇ ਵਧੀਆ ਜੀ। ਦੇਖੋ ਲਾਲ ਅੱਖਾਂ, ਲਾਲ ਅੱਖਾਂ ਜੀ। ਇਹ ਦੇਖੋ ਜੀ ਜੋੜਾ ਦੇਖੋ ਤੁਸੀਂ ਸਲੇਟੀਆਂ ਦਾ ਵੀ। ਵੀਰ ਕੋਲ ਕਾਫੀ ਕਬੂਤਰ ਨੇ ਜੀ, ਸ਼ੌਂਕ ਕਰਾਵਾਂਗੇ ਜੀ ਤੁਹਾਨੂੰ ਹਰ ਤਰ੍ਹਾਂ ਦੇ ਕਬੂਤਰਾਂ ਦਾ ਜੀ। ਇੱਧਰ ਵੀ ਤੁਹਾਨੂੰ ਦਿਖਾਉਂਦੇ ਨੇ ਵੀਰ ਦੇ ਕਬੂਤਰ, ਕੁਝ ਆਲੇ ਬਣਾਏ ਹੋਏ ਨੇ, ਖੁੱਡਿਆਂ ਦੀ ਡਿਜ਼ਾਇਨਿੰਗ ਦੇਖੋ ਵੀਰ ਜੀ, ਮਿਹਨਤ ਵੀਰ ਨੇ ਬਹੁਤ ਕੀਤੀ ਹੋਈ ਹੈ ਜੀ। ਇਹ ਦੇਖੋ ਜੀ ਖੁੱਡਾ ਭਰਿਆ ਪਿਆ ਜੀ ਇੱਧਰ ਵੀ। ਇਹ ਦੇਖੋ ਜੀ ਦੇਖੋ ਕਰੋ ਸ਼ੌਂਕ ਮੇਰੇ ਵੀਰ। ਦੇਖੋ ਵੀਰ ਜੀ ਦੇਖੋ ਆ ਵੀ ਡੈਡੀ ਕਬੂਤਰ ਆਪਣੇ। ਇਹ ਲਓ ਜੀ ਇਹ ਵੀ ਇੱਕ ਟੈਡੀ ਕਬੂਤਰ ਹੈ ਜੀ, ਕਰੋ ਸ਼ੌਂਕ ਮੇਰੇ ਵੀਰ। ਓਹੋ ਹੋ ਖੜਤ ਦੇਖੋ ਕਬੂਤਰ ਦੀ ਜੋ ਛੱਡਿਆ ਵੀਰ ਨੇ, ਕਿਵੇਂ ਖੜੇ ਹੁੰਦੇ ਨੇ ਜੀ, ਸੱਪਾਂ ਵਰਗੇ ਕਬੂਤਰ ਨੇ ਵੀਰ ਜੀ। ਕਬੂਤਰ ਤਾਂ ਬਹੁਤ ਦੇਖੀ ਦੇ, ਪਰ ਅੱਜ ਜੋ ਆਪਾਂ ਸ਼ੌਂਕ ਦੇਖਿਆ ਬਾਈ ਜੀ, ਇਹ ਦੇਸੀ ਕਬੂਤਰਾਂ ਦਾ ਇਹ ਵੱਖਰਾ ਹੀ ਆ ਜੀ। ਵਾਹ ਜੀ ਵਾਹ, ਕਿਆ ਸ਼ੌਂਕ ਆ, ਮਜ਼ਾ ਆ ਗਿਆ ਵੀਰ ਜੀ ਦੇਖ ਕੇ। ਦੇਖੋ ਆਪਾਂ ਪੂਰਾ ਰੋਕ ਰੋਕ ਕੇ ਕੈਮਰਾ ਦਿਖਾ ਰਹੇ ਹਾਂ, ਜਿਹੜੇ ਵੀਰ ਕਹਿੰਦੇ ਸੀ ਨਾ ਕਿ ਆਪਾਂ ਕਬੂਤਰ ਖਰੀਦਣੇ ਆ, ਅੱਜ ਉਹ ਖਰੀਦ ਸਕਦੇ ਆ। ਇਹ ਦੇਖੋ ਸ਼ੌਂਕ ਦੇਸੀ ਕਬੂਤਰਾਂ ਵਾਲਿਆਂ ਦਾ। ਇਹ ਦੇਖੋ ਜੀ ਤੁਹਾਨੂੰ ਉੱਪਰ ਵੀ ਦਿਖਾਉਂਦੇ ਹਾਂ ਜੀ, ਨੇੜੇ ਹੋ ਕੇ ਦੇਖੋ ਜੀ ਇਹਨਾਂ ਦੇ ਬੱਚੇ ਨੇ, ਗੋਲਡਨ ਜੀਰੇ ਵੀਰੇ। ਗੋਲਡਨ ਜੀਰਾ ਨਾ? ਹਾਂਜੀ ਗੋਲਡਨ ਜੀਰਾ ਜੀ, ਇਹ ਗੋਲਡਨ ਜੀਰਾ ਜੀ। ਇਹ ਦੇਖੋ ਜੀ ਕਬੂਤਰ ਗੋਲਡਨ ਜੀਰਾ, ਦੇਖ ਲਓ ਮੇਰੇ ਵੀਰ, ਬਹੁਤ ਵਧੀਆ ਵਧੀਆ ਕਬੂਤਰ ਨੇ। ਠੀਕ ਹੈ ਜੀ ਵੀਰੇ ਤੁਹਾਨੂੰ ਆਹ ਇੱਕ ਵੀਰੇ ਆ ਰਹੇ ਆ ਨਾ, ਇਹਨਾਂ ਨੂੰ ਕੀ ਕਹਿੰਦੇ ਜਾਗ ਜੀਨੇ ਕਹਿੰਦੇ ਨੇ, ਇਹਨਾਂ ਨੂੰ ਆਪਣੇ ਤੇ ਰਾਮਪੁਰੀ ਕਹਿ ਦਿੰਦੇ ਆ, ਰਾਮਪੁਰੀ ਕਹਿ ਦਿੰਦੇ ਨੇ ਜੀ। ਆ ਦੇਖੋ ਜੀ ਕਾਲੇ ਬਿਲਕੁਲ ਸ਼ਾਹ ਚੀਨੇ ਕਬੂਤਰ, ਇਹ ਵੀ ਹੈਗੇ ਪਾਰਦੇ ਆ ਜੀ, ਆਪਾਂ ਤੇ ਇਹਨਾਂ ਨੂੰ ਕੋਰ ਕਮਾਂਡਰ ਵੀ ਕਹਿ ਦਿੰਦੇ ਉੱਥੇ ਪਾਕਿਸਤਾਨ, ਆਪਣੇ ਕਈ ਜਾਗ ਜੀਨੇ ਵੀ ਕਹਿ ਦਿੰਦੇ ਨੇ, ਆਪਣੇ ਤੇ ਰਾਮਪੁਰੀ ਚੀਨੇ ਹੀ ਕਹਿੰਦੇ ਇਹਨਾਂ ਨੂੰ, ਜਾਗ ਚੀਨੇ ਕਹਿ ਦੋ, ਜਾਗ ਚੀਨੇ ਕਹਿ ਦਿੰਦੇ ਨੇ ਜੀ। ਪਾਰਦੇ ਆ ਜੋੜਾ ਜੀ, ਦੇਖੋ ਜੀ ਜੋੜਾ ਕੋ ਪੁਰਾਣੀ ਆ, ਤੇ ਨਾਰਾ ਆਪਾਂ ਇਸੇ ਸਾਲ ਦਾ ਪੱਠਾ ਹੋਣ ਲਾਇਆ ਜੀ, ਇਹਦੇ ਨਾਲ ਦਾ ਨਰ ਚੜ ਗਿਆ ਜੀ, ਦਸੂਏ ਮਕੇਰੀਆਂ ਚੜ ਗਿਆ ਜੀ, ਮੰਡੀ ਕੋਲ ਦੋਸਤ ਆਪਣੇ ਕੋਲ ਲੈ ਗਿਆ। ਠੀਕ ਹੈ ਜੀ, ਹੁਣ ਪੱਠਾ ਇਹਨਾਂ ਨਵਾਂ ਲਾਇਆ। ਆਹ ਡੈਡੀ ਬੱਚੇ ਆਪਣੇ ਘਰ ਦੇ ਜੀ, ਬਾਹਰਲੇ ਜੋੜਿਆਂ ਦੇ। ਠੀਕ ਹੈ ਜੀ, ਸ਼ੌਂਕ ਕਰਾਇਆ ਅੱਗੇ ਤੁਹਾਨੂੰ ਲਾ ਰਿਹਾ ਜੀ। ਡੈਡੀ ਬੱਚੇ ਨੇ ਤਾਂ ਛੋਟੇ ਨੇ, ਤਿਆਰ ਲਾ ਰਿੰਗ ਨੇ ਇਹਨੇ ਸਾਰੇ ਉੜ ਜਾਣੇ, ਪਤਾ ਸਾਫ਼ ਕਰ ਜਾਣੀ ਆ, ਵਜੂਦ ਤੋਂ ਪਤਾ ਲੱਗ ਜਾਣਾ। ਮਜ਼ਾ ਆ ਗਿਆ ਵੀਰ ਜੀ ਤੁਹਾਡਾ ਸ਼ੌਂਕ ਦੇਖ ਕੇ, ਇਹੋ ਜਿਹਾ ਸ਼ੌਂਕ ਕਦੇ ਕਦੇ ਦੇਖਣ ਨੂੰ ਮਿਲਦਾ। ਬਾਕੀ ਵੀਰ ਹੋਣਾ ਦੇ ਤੁਹਾਨੂੰ ਹੋਰ ਕਬੂਤਰ ਵੀ ਦਿਖਾਉਂਦੇ ਹਾਂ ਜੀ, ਖੁੱਡੇ ਬਹੁਤ ਨੇ ਕਬੂਤਰ, ਮੇਰੇ ਖਿਆਲ ਨਾਲ 500 ਦੇ ਕਰੀਬ ਆਊਗਾ ਜੀ ਇੱਥੇ। ਹੋਇਆ ਨਾ ਭਾਅ ਜੀ ਇੰਨਾ ਸਾਰਾ ਬੱਚੇ?
500 ਦੇ ਕਰੀਬ ਕਬੂਤਰ ਹੈ ਵੀਰ ਹੋਣਾ ਕੋਲ, ਵੀਰ ਹੋਣੀ ਜੀ ਸੇਲ ਕਰਦੇ ਨੇ, ਜਿਹੜਾ ਵੀ ਮੇਰਾ ਵੀਰ ਖਰੀਦਣਾ ਚਾਹੇ ਉਹ ਸੰਪਰਕ ਕਰ ਸਕਦਾ ਵੀਰ ਹੋਣਾ ਨਾ। ਬੱਚੇ ਆ ਜੀ ਉਹੋ ਜਿਹੇ ਬੱਚੇ, ਇਹ ਦੇਖੋ ਜੀ ਤਕਰੀਬਨ ਉਸੇ ਅੱਖਾਂ ਜਾਂ ਨੀਲੇ ਕਮੱਗਰ ਦਾ ਬੱਚਾ ਜੀ, ਉਸੇ ਜੀ ਠੀਕ ਹੈ ਜੀ, ਲਾਲ ਅੱਖਾਂ ਦੇ ਆ ਜੀ ਬਿਲਕੁਲ ਕਬੂਤਰ, ਚਿੱਟੀਆਂ ਦੇ ਲਾਲ ਅੱਖਾਂ ਦੇ, ਜਿਹੜੇ ਵੀ ਕਿਸੇ ਵੀਰ ਨੂੰ ਚਾਹੀਦੇ ਹੋਣ। ਆਪਾਂ ਜੀਰਾ ਦਿਖਾਇਆ ਤੁਹਾਨੂੰ ਲਾਲ ਅੱਖਾਂ ਦਾ, ਉਹਦਾ ਬੱਚਾ ਜੀ ਉਹੀ ਆਖੇ ਦੀ ਹੋਊਗੀ ਜੀ, ਗੁਲਾਬੀ ਫਰਕਾਂ ਜੀ। ਇਹ ਦੇਖੋ ਜੀ ਚਿੱਟੇ ਜੀਰੇ ਵੀ ਹੈਗੇ ਨੇ ਜੀ, ਹਾਂਜੀ ਕਰੋ ਸ਼ੌਂਕ ਵੀਰੇ, ਕੁਝ ਤੁਹਾਨੂੰ ਥੱਲੇ ਦਿਖਾਉਂਦੇ ਆ ਜੀ। ਇਹ ਦੇਖੋ ਮੇਰੇ ਵੀਰ, ਬਹੁਤ ਹੀ ਵਧੀਆ ਵਧੀਆ ਕਬੂਤਰ ਨੇ ਵੀਰ ਕੋਲ, ਮਜ਼ਾ ਆ ਗਿਆ ਦੇਖ ਕੇ ਜੀ। ਅੱਜ ਉਹਨਾਂ ਵੀਰਾਂ ਦਾ ਵੀ ਲਾਂਭਾ ਲੱਥ ਗਿਆ ਜੀ, ਜਿਹੜੇ ਕਹਿੰਦੇ ਸੀ ਕਿ ਸੇਲ ਕੇ ਲਈ ਕਬੂਤਰ ਚਾਹੀਏ। ਦੇਖੋ ਜੀ ਕੁਛ ਥੋੜ੍ਹਾ ਬਹੁਤ ਹਿੰਦੀ ਮੈਂ ਬਤਾ ਦਿੱਤੇ ਹਾਂ ਜਿਨ ਭਾਈਓਂ ਕੋ ਪੰਜਾਬੀ ਸਮਝ ਨਹੀਂ ਲੱਗਦੀ, ਕਿ ਜੇ ਸਾਰੇ ਕਬੂਤਰ ਜੋ ਹੈ ਇਸਮੇ ਸੇ ਇਨਕੇ ਜੋ ਬੱਚੇ ਹੋਤੇ ਹੈ ਨਾ ਵੋ ਸੇਲ ਕਰਤੇ ਹੈ ਭਾਈ ਸਾਹਿਬ, ਜਿਸ ਵੀ ਵੀਰ ਨੇ ਖਰੀਦਣੇ ਹੋ ਲੈਣੇ ਹੋ, ਵੋ ਭਾਈ ਕਾ ਜੇ ਨੰਬਰ ਉੱਪਰ ਦਿਆ ਹੁਆ ਸਕਰੀਨ ਪੇ, ਇਸ ਪੇ ਕਾਲ ਕਰਕੇ ਜੋ ਨੰਬਰ ਹੈ ਵੋ ਕਬੂਤਰ ਜੋ ਹੈ ਖਰੀਦ ਸਕਤੇ ਹੈ, ਫੋਨ ਵੀ ਕਰ ਸਕਤੇ ਹੈ, ਫੋਟੋ ਮੰਗਵਾ ਸਕਤੇ ਹੈ ਜੀ ਕਬੂਤਰ ਕੀ। ਤੋ ਭਾਈ ਹਰ ਤਰ੍ਹਾਂ ਕੇ ਕਬੂਤਰ ਹੈ ਇਨਕੇ ਪਾਸ, ਜੋ ਮੇਰੇ ਵੀਰ ਬਾਜੀ ਮੈਂ ਕਬੂਤਰ ਉਡਾਉਣਾ ਚਾਹਤੇ ਹੈ ਤੋ ਵੋ ਕਬੂਤਰ ਭਾਈ ਸੇ ਸੰਪਰਕ ਕਰਕੇ ਲੈ ਸਕਤੇ ਹੈ, ਇਨਕੇ ਪਾਸ ਕਬੂਤਰ ਹਰ ਸਮੇਂ ਅਵੇਲੇਬਲ ਹੋਤੇ ਹੈ, ਔਰ ਜੋ ਰੇਟ ਹੈ ਖੁਦ ਇਨਕੇ ਸਾਥ ਤੈਅ ਕਰਕੇ। ਭਾਈ ਜੀ ਡਿਲੀਵਰੀ ਵੀ ਕਰ ਦਿੱਤੇ ਹੋ ਤੁਸੀਂ? ਹਾਂ ਕਰਦੇ ਨੇ ਜੀ, ਪੰਜਾਬ 'ਚ ਨਹੀਂ ਕਰਦੇ, ਬਾਹਰ ਸਾਈਡ 'ਤੇ ਕਰਦੇ, ਬਾਹਰਲੀ ਸਾਈਡ ਚੱਲ ਜੂਗੀ, ਬੰਬੇ ਤੱਕ ਡਿਲੀਵਰ ਹੋ ਜਾਂਦੇ ਨੇ ਆਪਣੇ? ਮਹਾਰਾਸ਼ਟਰ ਗੁਜਰਾਤ ਸਾਰੇ ਉੜੀਸਾ ਤੱਕ ਕੇਰਲਾ ਤੱਕ ਭੇਜੇ ਜਾਂਦੇ। ਠੀਕ ਆ ਜੀ, ਮਹਾਰਾਸ਼ਟਰ ਉੜੀਸਾ ਕੇਰਲਾ ਹਰ ਜਗ੍ਹਾ 'ਤੇ ਡਿਲੀਵਰੀ ਵੀ ਹੋ ਜਾਏਗੀ। ਇਹੀ ਕਹਿੰਦੇ ਆ ਜੀ, ਜਿਹੜਾ ਆਵੇ ਇੱਥੇ ਆਪ ਖੁਦ ਆਣ ਕੇ ਦੇਖ ਕੇ ਜਾਵੇ, ਅਗਰ ਆਦਮੀ ਖੁਦ ਆ ਕੇ ਲੈਣਾ ਚਾਹੇ ਤਾਂ ਬਹੁਤ ਬਾਤ ਅਲੱਗ ਹੈ, ਉਸਕੇ ਦਿਲ ਮੇਂ ਜੇ ਨਹੀਂ ਰਹੇਗਾ ਕਿ ਭਾਈ ਜੀ ਕਬੂਤਰ ਕੀ ਫੋਟੋ ਐਸੀ ਡਾਲੀ ਥੀ। ਕੋਈ ਐਸਾ ਪੈਸਾ ਪੂਸਾ ਨਹੀਂ ਐਡਵਾਂਸ ਪਾਉਣੇ ਕੋਈ ਵੀ, ਅਸੀਂ ਚਾਹੁੰਦੇ ਹਾਂ ਵੀ ਜਾਨਵਰ ਖੁਦ ਬੰਦਾ। ਹਾਂ ਬੰਦਾ ਅਗਰ ਖੁਦ ਆ ਕੇ ਲੈ ਕੇ ਜਾਏਗਾ ਆਪਣੀ ਮਰਜ਼ੀ ਸੇ ਲੈ ਕੇ ਜਾਏਗਾ ਜੀ, ਤੋ ਅੱਛੇ ਸੇ ਅੱਛੇ ਕਬੂਤਰ ਹੈ ਜੀ। ਠੀਕ ਹੈ ਜੀ, ਇਨਕਾ ਕਮ ਸੇ ਕਮ ਜੋ ਰੇਟ ਹੈ ਜੀ 2000 ਸੇ ਸਟਾਰਟ ਹੀ ਹੋਤਾ ਜੀ ਇਨਕਾ ਕਬੂਤਰ। ਉਡਾਣੇ ਵਾਲੇ ਜਿਹੜੇ ਪੱਠੇ ਪੁੱਠੇ ਕਰਦੇ ਆ ਪੇ ਉਡਾਉਣ ਵਾਲੇ, ਹਜ਼ਾਰ ਰੁਪਏ ਤੋਂ ਨਾ, ਹਜ਼ਾਰ ਰੁਪਏ ਤੋਂ, ਹਜ਼ਾਰ ਰੁਪਏ ਸੇ ਸਟਾਰਟਿੰਗ ਹੈ ਜੀ ਇਨਕੇ ਕਬੂਤਰਾਂ ਦੀ। ਰੰਗਾ ਰੁੰਗਾ ਵਾਲੇ ਜਾਨਵਰ 1000 ਰੁਪਏ ਤੋਂ ਨਾਲੇ ਸ਼ੁਰੂ ਹੋ ਜਾਂਦਾ, ਵਧੀਆ ਦਾ ਜੀ। ਬਾਕੀ 10000 20000 ਤੱਕ ਕੈਸਾ ਵੀ ਜੈਸਾ ਕਬੂਤਰ ਹੋਗਾ ਵੈਸਾ ਰੇਟ ਹੁੰਦਾ ਹੈ ਜੀ। ਇੰਡੀਅਨ ਕਬੂਤਰ ਨਹੀਂ ਸੇਲ ਕਰਦੇ ਆਪਾਂ ਕੋਈ, ਇੰਡੀਅਨ ਕਬੂਤਰ ਨਹੀਂ ਬਾਈ ਜੀ ਸੇਲ ਕਰਦੇ, ਸ਼ਾਤੇ ਨਹੀਂ ਆਊਗਾ ਜੀ ਕੋਈ ਵੀ। ਹਾਂ ਆਪਣੇ ਸਾਰੇ ਕਬੂਤਰਾਂ ਵਿੱਚ ਮਲਵਈ ਜੋੜੇ ਆ 10 ਕੇ ਜੀ, ਜਾਂ ਫਿਰ ਕਰਾਮਪੁਰੀ ਵੱਡਾ ਕਬੂਤਰ ਆ 15 ਸਾਲ ਪੁਰਾਣਾ। ਠੀਕ ਹੈ, ਇਹੀ ਇੰਡੀਅਨ ਜਾਂ ਇਹ ਬਾਰਡਰ ਵਾਲੇ ਕਬੂਤਰ ਹੀ ਨੇ, ਇਹਨਾਂ ਦੇ ਪੱਠੇ ਪੱਠੀਆਂ ਘਰੇ ਆ ਜੀ। ਬਾਈ ਜੀ 1000 ਰੁਪਏ ਸੇ ਸਟਾਰਟਿੰਗ ਹੈ ਇਨ ਕਬੂਤਰੋਂ ਕੀ, ਜੋ ਵੀ ਮੇਰਾ ਭਾਈ ਲੈਣਾ ਚਾਹਤਾ ਵੋ ਭਾਈ ਸੇ ਸੰਪਰਕ ਕਰ ਸਕਦਾ ਹੈ। ਰਹਿ ਗਏ ਜੀ ਮਾਰਚ ਅਪ੍ਰੈਲ ਤੋਂ ਸ਼ੁਰੂ ਹੋ ਜਾਣੇ ਨਵੇਂ ਕਬੂਤਰ ਬਾਰਡਰ ਤੇ ਆਉਣੇ, ਉਹ ਵੀ ਜਿੰਨੇ ਮਰਜ਼ੀ ਕਲੈਕਸ਼ਨ ਮਿਲ ਸਕਦੀ ਆਪਣੇ ਕੋਲੋਂ। ਠੀਕ ਹੈ ਵੀਰ ਜੀ, ਇਹਨਾਂ ਦਿਨਾਂ 'ਚ ਆਪਾਂ ਕਬੂਤਰ ਥੋੜੇ ਘੱਟ ਹੁੰਦੇ ਘਰ ਦੇ ਪੱਠੇ ਪੱਠੀਆਂ ਹੁੰਦੇ ਆ, ਕਿਉਂਕਿ ਆਪਾਂ ਲੋਕਲ ਮਾਲ ਨਹੀਂ ਖਰੀਦਦੇ, ਆਪਾਂ ਫੜੇ ਹੋਏ ਜਾਨਵਰ ਜਿਹੜੇ ਬਾਰਡਰ ਲਾਈਨ ਤੋਂ ਲੈ ਕੇ ਆਈਦੇ ਆ ਭਾਈ ਸੇਲ ਕਰੀਦੇ। ਭਾਈ ਦਾ ਕਹਿਣਾ ਹੈ ਕਿ ਜੇ ਜਿੰਨੇ ਵੀ ਕਬੂਤਰ ਹੈ ਜ਼ਿਆਦਾਤਰ ਬਾਰਡਰ 'ਤੇ ਜੋ ਪਕੜੇ ਜਾਂਦੇ ਆ ਨਾ, ਵਪਾਰੀ ਬਹੁਤ ਆ ਅੰਮ੍ਰਿਤਸਰ 'ਚ ਬੈਠੇ ਆ, ਹੋਰ ਵੀ ਜਗ੍ਹਾ 'ਤੇ ਬੈਠੇ ਆ, ਲੋਕਾਂ ਨੂੰ ਇਹ ਪਾਗਲ ਬਣਾ ਰਹੇ ਆ, 100-100 ਕਬੂਤਰ ਭੇਜ ਰਹੇ ਆ, ਪਰ ਨਹੀਂ ਜਿਹੜਾ ਅਸਲ ਚੀਜ਼ ਆ ਉਹ ਮਾਰਚ ਤੋਂ ਬਾਅਦ ਹੀ ਕਬੂਤਰ ਮਿਲਦੇ ਨੇ ਪਾਕਿਸਤਾਨ ਵਾਲੇ। ਭਾਈ ਜੀ ਬਤਾ ਰਹੇ ਹਾਂ ਕਿ ਬੋਲ ਸੇਲ ਕਰਨੇ ਵਾਲੇ ਬਹੁਤ ਸੇ ਆਦਮੀ ਆ ਇਸ ਦੁਨੀਆ ਮੇਂ, ਲੇਕਿਨ ਜੋ ਅਸਲੀ ਕਬੂਤਰ ਆ ਵੋ ਅਭੀ ਮਾਰਚ ਕੇ ਬਾਅਦ ਜਬ ਅਪ੍ਰੈਲ ਮੰਥ ਸ਼ੁਰੂ ਹੋਗਾ ਨਾ, ਬਾਜ਼ੀਆਂ ਉਡਾਉਣਾ ਸ਼ੁਰੂ ਹੋ ਗਏ, ਫੇਕ ਕਬੂਤਰ ਬਾਜ਼ੀ ਉਡੇਗੀ, ਨਏ ਕਬੂਤਰ ਆਏਗੇ। ਅਭੀ ਕੋਈ ਕਹੇ ਕਿ ਜੇ ਮੈਨੇ ਜੀ ਪਕੜਾ ਪਾਰਕ ਹੈ ਤਾਂ ਵੋ ਬਾਤ ਗਲਤ ਹੈ, ਤੋ ਜੋ ਮਾਰਚ ਕੇ ਬਾਅਦ ਕਬੂਤਰ ਆਏਗੇ ਵੋ ਪਾਰਕ ਆਏਗੇ, ਔਰ ਵੋ ਜੋ ਵੀ ਭਾਈ ਲੈਣਾ ਚਾਹਤਾ ਹੈ ਉਨਕੋ ਅੱਛੇ ਅੱਛੇ ਕਬੂਤਰ ਅੱਛੀ ਅੱਛੀ ਬਰੀਡ ਕੇ ਕਬੂਤਰ ਮਿਲ ਜਾਏਗਾ। ਬਹੁਤ ਹੋ ਗਿਆ, ਹਰ ਕਿਸੇ ਕੋ ਟੈਕਨੋਲੋਜੀ ਹੈ, ਡਿਜੀਟਲ ਇੰਡੀਆ ਬਣਾ ਦਿਆ ਮੋਦੀ ਨੇ, ਹਰ ਕਿਸੇ ਕੋ ਪਤਾ ਹੈ ਕਬੂਤਰ ਕਾ ਕਿਆ ਰੇਟ ਹੈ। ਬਿਲਕੁਲ, ਪਕੜਤੇ ਬਾਅਦ ਮੈਂ ਰੇਟ ਪਹਿਲੇ ਉਸਕਾ ਤੈਅ ਹੋ ਗਿਆ ਤਾਂ ਵੀ ਐਸੇ ਕੋਈ 200-400 ਮੈਂ ਕਬੂਤਰ ਨਹੀਂ ਮਿਲਦਾ, ਹਜ਼ਾਰੋਂ ਵੀ ਜਾਣਾ ਪੜਤਾ ਹੈ। ਬਿਲਕੁਲ ਜੀ, ਬਿਲਕੁਲ ਚਾਹੀਏ। ਬਾਕੀ ਜੀ ਜਹਾਂ ਪੇ ਆਏ ਸ਼ੌਂਕ ਕਰਵਾਇਆ,
सभी भाइयों को बेनती है कि अपना चैनल सब्सक्राइब जरूर करना। हम आपको नए से नए वीडियो, कलेक्शन, कबूतर हर तरह की जानकारी देते रहेंगे और जहाँ भी सेल वाले कबूतर होंगे आपको दिखाए जाएंगे। और भाइयों ने अपने कबूतर दिखाए, हम इधर शौक करने के लिए आए थे, तो सभी भाइयों से बेनती है कि हमारा चैनल सब्सक्राइब करना, वीडियो को लाइक और शेयर जरूर करना। थैंक यू, बेस्ट ऑफ लक ऑल पिजन लवर्स।